ਗੁੱਡ ਮਾਰਨਿੰਗ ਹਾਂ ਜੀ ਗੁੱਡ ਮਾਰਨਿੰਗ ਜੀ ਅਸੀਂ ਕੱਲ ਗਏ ਹੋਏ ਸੀਗੇ ਤੁਹਾਨੂੰ ਪਤਾ ਉਧਰ ਇਸ ਕਰਕੇ ਅਸੀਂ ਥੱਕੇ ਹੋਏ ਸੀ ਬਹੁਤ ਪਹਿਲਾਂ ਤਾਂ ਇੱਦਾਂ ਦੱਸੋ ਤੁਸੀਂ ਸਾਰੇ ਠੀਕ ਠਾਕ ਆ ਵਧੀਆ ਆ ਰੋਟੀ ਪਾਣੀ ਖਾ ਲਿਆ ਤੇ ਟਾਈਮ ਉਹ ਸੋਰੀ ਇੱਧਰ ਕਲੌਕ ਤੇ ਦੇਖਣਾ ਪੈਣਾ ਵਾ फिर मिलदे आ तुहानू घरे आके फिर आपां करदे आ ब्लॉग कंटिन्यू ठीक है जी ठीक है जी बने रहो सच केक असी बुक कर दिता है अपनी अपनी एनिवर्सरी दा ते ओदा केक असी बुकिंग कर दती फोन तो ही हां जी ते मिलूगा हानू उदण ही हां जी शायद कल दा भी कोई प्लान आ अज असी फिलहाल घरे ही आ अज साडे नाल आपां डेली रूटीन ही शेयर करांगे हां जी ते फिर चलो बने रहो जी मिलदे आ थोड़ी देर बाद शायद ओके मेरी गल कंप्लीट नहीं होण दणी कदे भी सोचया है करना मैं ਤੇਰੀ ਕੰਪਲੀਟ ਨਹੀਂ ਹੋਣ ਦੇਣੀ ਗੱਲ ਮੈਂ ਚਲੋ ਠੀਕ ਆ ਅੱਛਾ ਚਾਵੀ ਦੱਸਣਾ ਸੀਗਾ ਆ ਅਸੀਂ ਇਧਰ ਅੰਦਰ ਲਹਾ ਕੇ ਅਸੀਂ ਇੱਥੇ ਲਵਾਤੀ ਆ ਤੇ ਜਿਹੜਾ ਇੱਥੇ ਸ਼ੋਕੇਸ਼ ਸੀਗਾ ਵਿਚਾਰਾ 1947 ਦਾ ਸੀ ਉਹ ਅਸੀਂ ਭੇਜ ਦਿੱਤਾ ਉੱਪਰ ਸ਼ਿਫਟ ਕਰ ਸੋਰੀ ਉਹ ਪੱਖਾ ਲੱਗ ਗਿਆ ਅਸੀਂ ਉਹ ਦੇਖੋ ਫੋਟੋ ਉੱਥੇ ਲਾਤੀ ਸਾਨੂੰ ਗਿਫਟ ਆਇਆ ਸੀਗਾ ਸਾਡੇ ਬੈੱਡ ਦੇ ਉੱਪਰ ਤੇ ਜਿਹੜੀ ਉਹ ਮੰਮੀ ਹੋਣਾ ਵਾਲੀ ਸੀ ਉਹ ਆਪਾਂ ਉੱਥੇ ਲਾਤੀ ਹਾਂਜੀ ਸਾਹਮਣੇ ਜਦੋਂ ਉੱਠਿਆ ਕਰਨਾ ਮੰਮੀ ਹੋਣਾ ਦੇਖ ਕੇ ਤੇ ਹੁਣ ਅਸੀਂ ਜਿਹੜਾ ਸਾਡਾ ਚੈਨਲ ਖਤਮ ਹੋਇਆ ਆ ਫਿਰ ਤਾਂ ਕਹਿੰਦੇ ਕੇਕ ਦੇ ਕੋਲੇ ਭਰ ਭਰ ਖਾਈ ਜਾਂਦੇ ਆ ਚਲੋ ਫਿਰ ਮਿਲਦੇ ਆਂ ਜੀ ਮੜੇ ਆ ਪ੍ਰੋਣਿਆਂ ਨੂੰ ਮਿਲ ਲਈਏ ਕਪਤਾਨ ਸਾਡਾ ਅੱਜ ਕੁਝ ਠੀਕ ਆ ਹਾਂਜੀ ਤੇ ਜੂਹੀ ਵੀ ਬਿਲਕੁਲ ਠੀਕ ਆ ਥੈਂਕ ਯੂ ਸੋ ਮਚ ਤੁਸੀਂ ਉਹਨੂੰ ਦੇਖ ਕੇ ਉਹਨੂੰ ਬਹੁਤ ਪਿਆਰ ਦਿੱਤਾ ਤੇ ਹਾਂਜੀ ਉਹ ਪੂਰੀ ਖੁਸ਼ ਆ ਪੂਰੀ ਖੁਸ਼ ਹੈ ਰਤ ਕਰੋ ਜੀ ਤੁਸੀਂ ਕਹਿੰਦੇ ਨੇ ਕਿ ਪਛਾਣ ਲਿਆ ਹਾਂਜੀ ਉਹ ਭੁੱਲ ਨਹੀਂ ਸਕਦੀ ਸਾਨੂੰ ਉਹ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਮੈਂ ਆਪਾਂ ਉਹਨੂੰ 4 ਸਾਲ ਨਾ ਮੈਨੂੰ ਦੇਖਿਆ ਨਾ 4 ਸਾਲ ਬਾਅਦ ਵੀ ਦੇਖੂਗੀ ਮੈਨੂੰ ਮੈਂ ਕਿੱਥੇ ਸੀ ਸਾਨੂੰ ਮਤਲਬ 4 ਸਾਲ ਬਾਅਦ ਵੀ ਦੇਖੂਗੀ ਨਾ ਹਾਂਜੀ ਫਿਰ ਵੀ ਉਹ ਪਛਾਣ ਲੂਗੀ ਚਲੋ ਠੀਕ ਆ ਜੀ ਫਿਰ ਹੁਣ ਅੱਗੇ ਵਲੌਗ ਕਰਦੇ ਆ ਕੰਟੀਨਿਊ ਸੋ ਬਣੇ ਰਹੋ ਜੀ ਥੋੜੇ ਜਿਹਾ ਟਾਈਮ ਦਿਓ ਅੱਧਾ ਪੌਣਾ ਘੰਟਾ ਅੱਧੇ ਪੌਣੇ ਘੰਟੇ ਬਾਅਦ ਦੁਬਾਰਾ ਮਿਲਦੇ ਆ ਹਾਂਜੀ ਚਲੋ ਜੀ ਬਾਏ ਓ ਆ ਦੇਖ ਲਓ ਲੈ ਕੋਲਾ ਹੱਥ ਚ ਲੈ ਕੇ ਦੇ ਇੱਧਰ ਨੂੰ ਮੇਰਾ ਹੱਲੀ ਦਾ ਨਹੀਂ ਹੈਗਾ ਆ ਦੇਖੋ ਆ ਦੇਖ ਮੈਂ ਖਾਦਾ ਕੁਝ ਵੀ ਇੱਕ ਚਮਚਾ ਖਾਦਾ ਦੱਸ ਦੇ ਬੰਦਾ ਬਹਿ ਕੇ ਖਾ ਲਵੇ ਤੁਰਦੀ ਫਿਰਦੀ ਖਾਈ ਜਾਂਦੀ ਆ ਕਦੇ ਇੱਧਰ ਨੂੰ ਚੱਲ ਜਾਂਦੀ ਦੋ ਚਮਚੇ ਖਾ ਕੇ ਕਦੇ ਉੱਧਰ ਨੂੰ ਚੱਲ ਜਾਂਦੀ ਆ ਆਏ ਹਾਏ ਗੁੱਸਾ ਗੁੱਸਾ ਆ ਗਿਆ ਕਰ ਹੈ ਇਹਨਾਂ ਗੁੱਸੇ ਬਹੁਤ ਹੁੰਦੀ ਯਾਰ ਇਹ ਤਾਂ ਨਹੀਂ ਹੁੰਦੀ ਨਹੀਂ ਪਿਆਰ ਨਾਲ ਨਹੀਂ ਆ ਕਿੰਨੇ ਕਿੰਨਾ ਥੋੜੀ ਜਿਹਾ ਕੋਈ ਨਹੀਂ ਤੁਹਾਨੂੰ ਅੱਜ ਬੜਾ ਸਵਾਦ ਸੀ ਕੇਕ ਉਹਨਾਂ ਮਾਨ ਉਹਨਾਂ ਵਾਲਾ ਵੀ ਹੈ ਨਾ ਹਾਂ ਕੇਕ ਆ ਉਹਨਾਂ ਵਾਲਾ ਆ ਸਾਡੇ ਵਾਲਾ ਮੁੱਕ ਗਿਆ ਸੀ ਆ ਸਾਡੇ ਵਾਲਾ ਜਲਦੀ ਮੁੱਕ ਗਿਆ ਹੈਗਾ ਤੇ ਚਲੋ ਫਿਰ ਹੁਣ ਮਿਲਦੇ ਆ ਤੁਹਾਨੂੰ ਖਾਓ ਜੀ ਥੋੜਾ ਖਾਈ ਕਰਨ ਬਾਅਦ ਚੋਂ ਖਾਣੇ ਇਕੱਠੇ ਬਹਿ ਕੇ ਚਲੋ ਮੈਂ ਆ ਗਿਆ ਫਿਰ ਲੈ ਕੇ ਕੁਛ ਓਕੇ ਬਣਾ ਦੇਣੇ ਪਤੰਗ ਉਹਨਾਂ ਦੇ ਇਹ ਪੱਡਾ ਨਹੀਂ ਪੀਸ ਕੋਈ ਵੀ ਰਹਿਣ ਦੇਣਾ ਸਾਰੇ ਇੱਕੋ ਜਿਹਾ ਕਰਦੇ ਨੇ ਦੇਖਣਾ ਇਹ ਭੜਾ ਜਿਹੜਾ ਆ ਡਾਊਨਲੋਡ ਕੀਜੀਏ ਗੂਗਲ ਪੇ ਬਸ ਕਪਤਾਨ ਬਸ ਕਿਤੇ ਰੱਸੀ ਜੀ ਕੱਢੀ ਜੀ ਹਲੇ ਆਹ ਲੈ ਇਹ ਚਲੋ ਜੀ ਨਿਕਲਿਆ ਨਹੀਂ ਬਸ ਵਿੱਚੋਂ ਜੀ ਗੱਲ ਕੀ ਕਹਿੰਦਾ ਡੈਡੀ ਇਹ ਫੁੱਕੇ ਗਿਫਟ ਜੀ ਕਹਿੰਦਾ
चिट्टा है कहने वैसे चिट्टा सारा लग जाना शेर जी ने भी चिट्टा लगा हो भी ज्ञान कम की जान जान रखी जानी कहते हो गया खराब हो गया सारी शोरूम चली है दरवाजे पिछे पिछे ट्रैक्टर मेरा बोल्ट चंगी तरह बीबी जी प्रेस कर दो हम काले हैं तो क्या हुआ दिल वाले हैं समोसे किदन दे पए आ मेरे बर्थडे वाले दिन समोसे पए आ कहने समोसे गए नहीं सी उदन गुरुद्वारे नहीं चल गए सी अपा जब मां तो सांभ के रखे हो जाते हैं ते और जेडे परौणे ने खा ले तो मम्मी पनीर वाले पकोड़े मोग गए सी पए आ जी कहंदे जी ओ बड़ी छेती मकाई उना दी ले आ जी रखी है ओना तो बेचारे हैं चल मान ला तेन मैं सिचुएशन दिना एक जिदा हूँ मतलब मेरा बर्थडे से कंधा तो नहीं सलाबी होंगी कोई नहीं ता की असी सलाबे पे कंधा ही है ता चल ठीक है मैं तेन सिचुएशन दिनी है सब तो पहले ठीक है पहला हाल चाल पूछ ले कर चल ठीक है मैं तेन सिचुएशन दिनी है तो एक ही गल बनी सुनाओ ठीक है हां जी बहुत बढ़िया तुसी दसो ठीक ठाक हां जी ठीक ठाक और घरे सब ठीक है हैं बढ़िया सारे ठीक चारे लत्ता सही चल दिया दंद ला में तो बना ली उन्होंने हैं हो ठीक है तुम सुनाओ नमिता जी बाकी सारे ठीक है जी सब्सक्राइबर हाँ, रोटी पानी खा लिया कि नहीं सबने बहुत हार्ड सिचुएशन देन लगी आज ते वो हैगी आ हाय वेरी हार्ड सिचुएशन कोई सियाना भाई आया ले आई है तेनु याद भूल जानी सिचुएशन मैंने पहले दस दे अच्छा हां खान वालों देखना ध्यान आ मां जी मान लो हां जी सिचुएशन इज पूरा एंड पूरा फॉर्म च पूरी च देना है आंसर ठीक है फॉर्म मैं अंदर ट्रैक सूट पाया नहीं फॉर्म ज तो फिर आवना अच्छा चलो मान लो मान लिया मान लो मान लो कप्तान नु बेचना है नहीं बेचना नहीं मैं मनन नु क्या वो मनना है बेचना ही नहीं जो मैं मानता ही तो किदा हां तू तक कह दे कि मैं कह दूंगी तू मेरे को वीडियो दिखाए कह दूंगी ना तू क्या दी बेचना है और तो मुकरदा है नहीं बाबा मैं उदे कहन लगा हां मैं नहीं बेचना हां चल दस मान लो भी कोई ऐसा नहीं सिचुएशन आंदी है ठीक है ਵੀ ਜਿੱਦਾਂ ਜੂ ਹੋ ਰੱਬ ਨਾ ਕਰੇ ਉਹ ਚਲਾ ਭਾਈ ਦੇ ਲੱਗ ਨੂੰ ਜਾਣ ਜਾਣ ਕੇ ਕਹੀ ਜਾਂਦਾ ਕੀ ਕਹਿੰਦਾ ਭੋਪੂ ਆ ਗਏ ਘਰ ਮੋਰੀ ਜਾਂਦਾ ਪਾਪਾ ਮੈਂ ਉਹ ਮੈਨੂੰ ਕੁਲਚਾ ਖਿਲਾ ਦੇ ਕੁਲਚੇ ਵਾਲੇ ਬਈਆ ਇਹ ਵੀ ਗਾਣਾ ਮੇਰਾ ਬਹੁਤ ਹੀ ਪਿਆਰ ਉਹ ਸੱਚ ਹਾਂ ਭਾਈ ਨੂੰ ਭੇਜ ਦੇ ਅੱਗੇ ਕੋ ਦਿਆ ਨਹੀਂ ਇਧਰ ਨੂੰ ਚਲੋ ਭਾਈ ਨਾ ਜਾਈ ਨਹੀਂ ਯਾਰ ਵੇਚਣ ਦੇ ਵਧੀਆ ਵਧੀਆ ਵੀਰੇ ਕੰਮ ਖਿੱਚ ਕੇ ਰੱਖ ਜਾਣ ਕੇ ਇੱਥੇ ਭੇਜਦਾ ਚਲ ਤੂੰ ਦੱਸ ਸੋਚ ਲੈ ਤੂੰ ਖਾ ਲਿਆ ਤੇਰੇ ਮੂੰਹ 'ਚ ਪਾਣੀ ਆਇਆ ਨਾ ਦੇਖਿਆ ਸਿਰ ਮਾਰਿਆ ਨੇ ਤਾਂ ਬਹੁਤ ਪਾਣੀ ਆਉਂਦਾ ਤੇ ਮੂੰਹ ਚੋਂ ਕੁਝ ਇਦਾਂ ਹੋ ਜਾਂਦਾ ਹੈ ਮੇਰੇ ਵੀ ਆਇਆ ਹੁੰਦਾ ਚੱਲ ਹੁਣ ਮੈਂ ਤੈਨੂੰ ਪੁੱਛਦੀ ਹਾਂ ਠੀਕ ਹੈ ਹਾਂ ਚੱਲ ਮੈਂ ਤਾਂ ਹੀ ਤੈਨੂੰ ਪੁੱਛਿਆ ਜੀ ਜੂਹੀ ਦਿੱਤੀ ਹੈ ਕਿਸੇ ਨੇ ਨਾ ਉਹ ਯਾਰ ਮੈਂ ਵੇਚੀ ਨਹੀਂ ਉਹ ਮਾੜੇ ਵੇਚੀ ਨਹੀਂ ਕਹਿਨੀ ਮੈਂ ਦੇਣਾ ਪਵੇ ਕਿਸੇ ਨੂੰ ਮਜਬੂਰੀ ਨਾਲ ਤੂੰ ਵੇਚਣਾ ਗਈ ਪਹਿਲਾਂ ਮੈਂ ਕੱਲ ਦੇ ਮਜਬੂਰੀ ਵੇਚਣਾ ਉਹ ਪੈਸੇ ਵਾਲਾ ਵੇਚਣਾ ਨਹੀਂ ਕਹਿੰਦੀ ਹਾਂ ਅਰੇ ਹੋਰ ਕਿਹੜਾ ਵੇਚਣਾ ਹੁੰਦਾ ਮੈਨੂੰ ਵੀ ਦੱਸ ਪੈਸੇ ਤਾਂ ਬਿਨਾਂ ਵੀ ਪੈ ਜਾਂਦਾ ਕੁਛ चल दस
ਨੁਕਸਾਨ ਨੂੰ ਦੇਣਾ ਪਵੇ ਕਿਸੇ ਨੂੰ ਠੀਕ ਆ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਜਦੋਂ ਉਸ ਸਿਚੁਏਸ਼ਨਾਂ ਨੂੰ ਕੀ ਆ ਠੀਕ ਆ ਹਾਂ ਤੇ ਤੂੰ ਕੀ ਕਰੂੰਗਾ ਦੇਣਾ ਹੀ ਪਵੇ ਫਿਰ ਤੂੰ ਕਿਹਨੂੰ ਦੇਵੇਂਗਾ ਕਪਤਾਨ ਐਂਡ ਤੇਰਾ ਕੀ ਰਿਐਕਸ਼ਨ ਹੋਊਗਾ ਕਹਿੰਦਾ ਮੈਂ ਜੁਦੇ ਹੋਣਾ ਤੁਹਾਡੇ ਸਾਰਿਆਂ ਨਾਲ ਸਾਡੇ ਕਰਕੇ ਨਹੀਂ ਕੋਈ ਵੀ ਹੋਰ ਕੋਈ ਵੀ ਰੀਜ਼ਨ ਹੋਵੇ ਵੀ ਦੇਣਾ ਹੀ ਪੈਣਾ ਉਹਨੂੰ ਕਿਸੇ ਨੂੰ ਫਿਰ ਮਤਲਬ ਕਿਹਨੂੰ ਦੇਵੇਂਗਾ ਹਾਂ ਫਿਰ ਉਧਰ ਦੇ ਦੂੰਗਾ ਡੈਡੀ ਹੋਣਾ ਤੁਹਾਡੇ ਪਿੰਡ ਉੱਥੇ ਆਲਰੇਡੀ ਹੈਗਾ ਆ ਇੱਕ ਤਾਂ ਕੀ ਇੱਕ ਹੋਰ ਰੱਖ ਲੂਗੇ ਇਹਨਾਂ ਤਾਂ ਖਾ ਲੈਣਾ ਯਾਰ ਕਰ ਸਕਦੇ ਆ ਜਵਾਈ ਨੇ ਫਿਰ ਵੀ ਦੇਣੀ ਚੀਜ਼ ਨੂੰ ਸੰਭਾਲ ਕੇ ਰੱਖਿਓ ਹੈ ਰੋਬੀ ਨੂੰ ਰੋਮੀ ਨੂੰ ਮੈਂ ਯਾਰ ਮੈਂ ਤਾਂ ਦੇਣੀ ਹੋਣਾ ਹਾਂ ਨਹੀਂ ਸੱਚੀ ਨਹੀਂ ਦੇਣਾ ਯਾਰ ਮੈਨੂੰ ਹੁਣੇ ਦੇਖਿਆ ਅਪਸੈਟ ਹੋ ਗਿਆ ਮੈਂ ਉਹ ਤੂੰ ਮੇਰਾ ਦੋਸਤ ਨਹੀਂ ਤੂੰ ਮੇਰਾ ਡੌਗੀ ਹੈ ਇਹ ਵੀ ਗਾਣਾ ਆਪਣਾ ਜਲਦੀ ਆ ਗਿਆ ਨਹੀਂ ਯਾਰ ਕਹਿਣਾ ਨਹੀਂ ਦੇ ਸਕਦਾ ਮੈਨੂੰ ਪਤਾ ਨਾ ਕੋਈ ਵੀ ਸਿਚੁਏਸ਼ਨ ਆ ਜਾਵੇ ਚਾਹੇ ਬੰਦਾ ਨਾ ਮਾਰ ਦੇਵੇ ਕਿਸੇ ਨੂੰ ਬੰਦੇ ਨੂੰ ਮਾਰ ਦੇ ਤਾਂ ਵੀ ਦਊਂਗਾ ਵੜਾ ਦੇਵੇ ਜੋ ਮਰਜ਼ੀ ਕਰ ਲਵੇ ਕਦੇ ਵੀ ਦਊਂਗਾ ਓਕੇ ਹਾਂ ਮੈਂ ਇਧਰ ਦੇਖੋ ਆ ਕੈਮਰੇ 'ਚ ਇਧਰ ਕਿਉਂ ਇਧਰ ਦੇਖੋ ਨਾ ਇਧਰ ਮਾ ਛੀ ਹੋ ਛੀ ਛੀ ਤੂੰ ਕੱਲ ਇਧਰ ਦੇਖਣ ਲੱਗੀ ਹਟ ਜਾ ਯਾਰ ਇਧਰ ਤੂੰ ਇਧਰ ਦੇਖੀ ਐ ਅੱਛਾ ਚੱਲ ਪਾਣੀ ਪੀਣਾ ਪਾਣੀ ਪੀਣਾ ਤੂੰ ਨਹੀਂ ਪੀ ਲੈ ਘੁੱਟ ਕੇ ਨਹੀਂ ਆ ਜਾ ਜਾ ਗਿਆ ਓਏ ਉਹ ਦੋ ਆ ਜਾ ਐ ਜਹਾਜ਼ ਵੀ ਦੇਖ ਲਈਦਾ ਘਰੇ ਬੈਠਾ ਹੀ ਚੱਲ ਅਸੀਂ ਸਿਚੁਏਸ਼ਨ ਸੀ ਮੇਰੀ ਦਾ ਬੇ ਜਹਾਜ਼ਾ ਮੈਨੂੰ ਛੋਟਾ ਹੀ ਵਲੌਗ ਪਾ ਲੈ ਜਾ ਤੂੰ ਕੈਨੇਡਾ ਕਿਉਂ ਛੋਟਾ ਪਾ ਦਨੇ ਯਾਰ ਹੋ ਗਈ ਬਸ ਗੱਲ ਖਤਮ ਯਾਰ ਤੁਸੀਂ ਦੱਸਿਓ ਸਾਰੇ ਜਾਣੇ ਕਿਰਨ ਹੁਣ ਮੈਨੂੰ ਕਹਿੰਦੀ ਪਈ ਆ ਕੱਲ ਪਰਸੋਂ ਦੀ ਕਹਿੰਦੀ ਛੋਟੇ ਵਲੌਗ ਪਾਇਆ ਕਰਨੇ ਮਤਲਬ 10 ਤੋਂ 15 ਮਿੰਟ ਦੇ ਵਿੱਚ ਵਿੱਚ ਕਮੈਂਟ ਆਉਂਦੇ ਆ ਕਮੈਂਟ ਆਉਂਦੇ ਆ ਮੈਂ ਹੁਣ ਕਮੈਂਟ ਵੀ ਨਹੀਂ ਪੜੇ ਮੈਂ ਅੱਜ ਰਾਤ ਨੂੰ ਕਹੂੰਗੀ ਫ੍ਰੀ ਆ ਕਿਉਂਕਿ ਇੰਦਰ ਮੈਂ ਸੁੱਤੇ ਤੁਹਾਨੂੰ ਦੱਸਿਆ ਨਾ ਮੈਂ ਹੁਣ ਅੱਜ ਤੋਂ ਕਮੈਂਟ ਡੇਲੀ ਅੱਜ ਤੋਂ ਡੇਲੀ ਕਮੈਂਟ ਲਾਈਕ ਮੈਂ ਨਹੀਂ ਪਿਛਲੀ ਵੀਡੀਓ ਦੇ ਵੀ ਹੋਣੇ ਆ ਸਾਰੀਆਂ ਪਿਛਲੀ ਵੀਡੀਓ ਦੇ ਵੀ ਮੈਂ ਅੱਜ ਲਾਈਕ ਕਰੂੰਗਾ ਕਮੈਂਟ ਠੀਕ ਆ ਤੇ ਇਕੱਲਾ ਹੀ ਕਰੂੰਗਾ ਠੀਕ ਆ ਨਹੀਂ ਨਾ ਯਾਰ ਕਰਨਾ ਹਰੇਕ ਕੰਮ 'ਚ ਤੂੰ ਮੇਰੇ ਨਾਲ ਆ ਯਾਰ ਟੈਨਸ਼ਨ ਨਾ ਲੈ ਬਸ ਫੇ ਕੀ ਕਹਿ ਹੋ ਗਿਆ ਚੱਲ ਬਸ ਫੇ ਗੱਲ ਇਹੀ ਸੀ ਕਿ ਰਿਐਕਸ਼ਨ ਇਹੀ ਹੋਊਗਾ ਰਿਐਕਸ਼ਨ ਯਾਰ ਮੇਰਾ ਹੋਊਗਾ ਮਤਲਬ ਜੇ ਕੋਈ ਬਾਲੀ ਮਜਬੂਰੀ ਆ ਜਾਵੇ ਮੰਮੀ ਉਹਨਾਂ ਨੂੰ ਹੀ ਦੇਣਾ ਹੈ ਮੰਮੀ ਉਹਨਾਂ ਨੂੰ ਹੋਰ ਕੋਈ ਬੰਦਾ ਹੋਵੇ ਨਹੀਂ ਮੈਂ ਮੰਮੀ ਉਹਨਾਂ ਨੂੰ ਵੀ ਦੇ ਕੇ ਜਿੱਦਾਂ ਮਤਲਬ ਉਹਨੂੰ ਦਿਹਾੜੀ 'ਚ 5-6 ਵਾਰ ਵੀਡੀਓ ਕਾਲ ਕਰਿਆ ਕਰੂੰਗਾ ਕਪਤਾਨ ਕੋ ਤਾਂ ਫੋਨ ਨਹੀਂ ਹੈ ਨਹੀਂ ਮੰਮੀ ਉਹਨਾਂ ਨੂੰ ਕਹਿਣਾ ਕਹਿਣਾ ਤੁਸੀਂ ਵੀ ਮਤਲਬ ਉਹਦੀ ਗੱਲ ਕਰਾ ਦਿਆ ਕਰੇ ਯਾਰ ਮੈਂ ਰਹਿ ਨਹੀਂ ਸਕਦਾ ਨਾ ਤੈਨੂੰ ਪਤਾ ਹੀ ਆ ਓਕੇ ਇੱਕ ਤਿੰਨ ਜਾਣੇ ਮੇਰੇ ਘਰ ਦੇ ਹੋ ਗਏ ਇੱਕ ਚੌਥਾ ਵੀ ਮੇਰੇ ਘਰ ਦਾ ਹੀ ਆ ਨਹੀਂ ਕੋਣ ਹੋਵੇ ਬਸ ਤੂੰ ਮੰਮੀ ਡੈਡੀ ਤੇ ਉਹ ਕਪਤਾਨ ਦੀਦੀ ਨਾ ਦੀਦੀ ਤੋਂ ਬਿਨਾਂ ਵੀ ਰਿਹਾ ਹੁਣ ਦੀਦੀ ਨੂੰ ਦੇਖ ਦੋ ਵਾਰ ਫੋਨ ਕਰਦੀ ਆ ਦਿਹਾੜੀ ਵਿੱਚ ਤਿੰਨ ਜਾਣੇ ਕਿੱਦਾਂ ਗਿਆ ਮੈਨੂੰ ਮਤਲਬ ਹੁਣ ਘਰ ਦੇ ਵਿੱਚ ਹੁਣ ਘਰ ਦੇ ਵਿੱਚ ਕਹਿਣਾ ਤਿੰਨ ਜਾਣ ਤੁਸੀਂ ਹੁਣ ਘਰ ਦੇ ਵਿੱਚ ਉਹਦਾ ਵੀਡੀਓ ਕਾਲ ਤੇ ਆਪਾਂ ਕਰਦੇ ਵੇ ਗੱਲ ਚੌਥਾ ਉਹ ਆ ਇਦਾਂ ਕਿਉਂਕਿ ਮੈਂ ਯਾਰ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦਾ ਓ ਮਾਈ ਗੋਡ ਸੱਚੀ ਯਾਰ ਅੱਧੇ ਅੱਧੇ ਇਹ ਕਿਹਾ ਹੋ ਗਿਆ ਚੱਲ ਠੀਕ ਹੈ ਮੇਰਾ ਇਹੀ ਸੀਗਾ ਨਹੀਂ ਸੀਗਾ ਮਤਲਬ ਕਪਤਾਨ ਦੇਣਾ ਪਵੇ ਤਾਂ ਮੰਮੀ ਹੁਣਾਂ ਨੂੰ ਦੇਣਾ ਹੈ ਨਹੀਂ ਦੇਣਾ ਹੀ ਨਹੀਂ ਅਦਰਵਾਈਜ਼ ਕੁਛ ਵੀ ਹੋਵੇ ਦੇਣਾ ਨਹੀਂ ਦੇਣਾ ਨਹੀਂ ਜੋ ਮਰਜ਼ੀ ਹੋ ਜਾਵੇ ਜਿਹੜਾ ਮਰਜ਼ੀ ਆ ਕੇ ਬੋਲੀ ਜਾਵੇ ਲੜੀ ਜਾਵੇ ਜਿਹੜਾ ਮਰਜ਼ੀ ਆ ਜਾਵੇ ਵੱਢ ਦੇਾਂਗੇ ਲੈ ਇਹ ਕਿਹੜੀ ਗੱਲ ਕਰਤੀ ਆ ਬੰਦੇ ਵੱਢਦੇ ਇਹਦੇ ਆ ਡਰ ਗਏ ਹੋਣੇ ਸਾਰੇ ਜਣੇ ਸਹੀ ਗੱਲ ਆ ਡਰ ਗਏ ਕਪਤਾਨ ਪਿੱਛੇ ਤਾਂ ਗਾਟੇ ਲਾ ਦੇਾਂਗੇ ਚੱਲ ਜੀ ਮੈਨੂੰ ਹੁਣੇ ਇਕੱਠ ਕਰ ਦੇਾਂਗੇ ਆਈ نو ਓਕੇ ਥੈਂਕ ਯੂ ਮੈਂ ਵੀ ਹਵਾ ਹੀ ਛੱਡਿਆ ਜੀ ਮਤਲਬ ਉਹੀ ਕਰਦਾ ਫੋਕਾ ਪਿਆਰੇ ਤੇਰਾ ਨਹੀਂ ਯਾਰ ਨਹੀਂ ਮਤਲਬ ਉੱਦਾਂ ਬਾਅਦ ਜਿਹੜੇ ਗਾਟੇ ਲਾਉਣ ਲੱਗਿਆ ਸੀ ਇੰਨਾ ਵੀ ਨਹੀਂ ਖਤਰਨਾਕ ਮੈਂ ਹੈਗਾ ਉੱਦਾਂ ਥੱਪੜ ਥੁੱਪੜ ਮਾਰ ਦਾਂਗੇ ਦੋ ਚਾਰ ਯਾਰ ਹਾਂ ਕਿਹੜੀ ਗੱਲ ਕਰਦੇ ਚਲੋ ਠੀਕ ਆ ਮੇਰੀ ਸਿਚੁਏਸ਼ਨ ਸੋਚ ਲਈ ਹਾਂ ਸੋਚ ਲਈ ਸੋ ਚਲੋ ਮਿਲਦੇ ਹਾਂ 2 ਮਿੰਟ ਬਾਅਦ ਚੋਂ ਚਲੋ ਹਾਈ ਕਰਦੀਆਂ ਬੋਲੀ ਸੀ ਸੁਣ ਕਿਹੜੀ ਬੋਲੀ ਕਹਿੰਦੀ ਜੇ ਮੈਂ ਨਾ ਜੰਮਦੀ ਵੇ ਤੂੰ ਕੀ ਨੂੰ ਬਹੂ ਬਣਾਉਂਦਾ ਜੇ ਤੂੰ ਨਾ ਜੰਮਦੀ ਨਹੀਂ ਹਾਏ ਕਿੰਨਾ ਨਜ਼ਾਰਾ ਆਉਂਦਾ ਜਾਵਾਂ ਜਾ ਚੱਲ ਠੀਕ ਹੈ ਚੱਲ ਹਾਏ ਤੈਨੂੰ ਜਾਣ ਦਿੰਦਾ ਇਦਾਂ ਬਸ ਕਰ ਬਹੁਤ ਕਿਤੇ ਨਾ ਜ਼ਿਆਦਾ ਹੀ ਕੁਛ ਜ਼ਿਆਦਾ ਹੀ ਚੱਲ ਮੈਂ ਤੈਨੂੰ ਇੱਕ ਸਿਚੁਏਸ਼ਨ ਦਿੰਦਾ ਫਿਰ ਯੈਸ ਰੈਡੀ ਆ ਜੀ ਮਤਲਬ ਜਿੱਦਾਂ ਤੂੰ ਹੁਣ ਲੈਪਟਾਪ ਨੂੰ ਆਪਣੇ ਨੂੰ ਇੰਨਾ ਪਿਆਰ ਕਰਦੀ ਆ ਠੀਕ ਆ ਤੇ ਮੰਨ ਲਾ ਆਪਾਂ ਕਿਤੇ ਗਏ ਆ ਡੈਡੀ ਹੁਣੀ ਮੰਮੀ ਹੁਣੀ ਵੀ ਕਿਤੇ ਗਏ ਵਾ ਕਪਤਾਨ ਵੀ ਬਾਹਰ ਗਿਆ ਕਿਤੇ ਘਰੇ ਹੈ ਨੀਗਾ ਮੰਨ ਲਾ ਚੱਲ ਨਿਕਲ ਗਿਆ ਤੇ ਕੋਈ ਚੋਰੀ ਕਰ ਲਵੇ ਤੇਰਾ ਲੈਪਟਾਪ ਮੰਨ ਲਾ ਕੋਈ ਚੋਰੀ ਕਰ ਲਵੇ ਤੇਰਾ ਲੈਪਟਾਪ ਵੀ ਚੋਰੀ ਕਰ ਲਵੇ ਤੇਰੇ ਪੈਸੇ ਵੀ ਸਾਰੇ ਲੈ ਜਾਣ ਕੱਢ ਕੇ ਕੁਛ ਵੀ ਨੀ ਹੁੰਦਾ ਦੇਖ
ਪੰਜ ਦਸ ਵੀ ਨਹੀਂ ਉਹੀ ਕਿਹਾ ਮੈਂ ਤੈਨੂੰ ਜ਼ਿਆਦਾ ਨਹੀਂ ਕਿਹਾ ਮੈਂ ਪੰਜ ਦਸ ਰੁਪਏ ਤੇਰੇ ਨਾਲ ਲੈ ਜਾਵੇ ਕੋਈ ਜਾਣੇ ਜਾਂਦਾ ਅੱਛਾ ਠੀਕ ਹੈ ਅਤੇ ਮੰਨ ਲਾ ਹੁਣ ਤੇਰਾ ਲੈਪਟੋਪ ਚੋਰੀ ਹੋ ਗਿਆ ਕੀ ਕਰੂੰਗੀ ਤੂੰ ਤੇਰਾ ਪਹਿਲਾ ਇੰਪਰੈਸ਼ਨ ਕੀ ਉਹ ਘਰੇ ਆ ਕੇ ਦੇਖੇ ਜਿੱਦਾਂ ਜਿਉਂਦੇ ਟੁੱਟੇ ਪਏ ਤੂੰ ਨੱਠ ਕੇ ਪਹਿਲਾਂ ਸਾਨੂੰ ਕੀ ਦੇਖੂੰਗੀ ਕੀ ਹੈ ਨੀਗਾ ਰੱਖ ਲਾ ਬੋਲਟ ਵੀ ਲੈ ਜਾਵੇ ਕੋਈ ਅੱਛਾ ਬੋਲਟ ਵੀ ਲੈ ਜਾਓ ਲੈਪਟੋਪ ਲੈ ਜਾਓ ਕੀ ਕਰੂੰਗੀ ਫਿਰ ਤੂੰ ਡੋਰੀਆਂ ਚੱਲ ਨੀ ਹੋ ਗਈ ਏਦਾਂ ਜਿੰਨਾ ਚਿਰ ਕਪਤਾਨ ਹੈਗਾ ਘਰੇ ਉਹ ਤੱਕ ਤਾਂ ਹੋ ਨੀ ਸਕਦਾ ਤੈਨੂੰ ਕਿਹਾ ਕਪਤਾਨ ਵੀ ਨੀ ਘਰੇ ਹੈਗਾ ਕਪਤਾਨ ਕਿਤੇ ਨੀ ਜਾਂਦਾ ਤਾਂ ਹੈ ਨੀ ਕਿਤੇ ਮੰਨ ਲਾ ਉਦੋਂ ਚੱਲ ਗਿਆ ਹੋਵੇ ਕਿਤੇ ਚਲ ਗਿਆ ਹੋਵੇ ਕਿਤੇ ਬਾਹਰ ਫੇ ਪਹਿਲੀ ਗੱਲ ਦੂਜੀ ਗੱਲ ਲੈਪਟਾਪ ਮੈਂ ਆਪਣੇ ਨਾਲ ਹੀ ਲੈ ਜਾਂਦੀ ਹੁੰਨੀ ਆ ਨਹੀਂ ਤੂੰ ਨਾ ਲੈ ਗਈ ਹੋਵੇਂ ਮੰਨ ਲਾ ਪਰ ਆਜਾ ਸਾਹਿਬ ਮੱਥਾ ਟੇਕਣ ਗਏ ਆ ਜਾਂ ਅਸੀਂ ਨਵਾਂ ਸ਼ਹਿਰ ਗਏ ਨਹੀਂ ਨਾਲ ਲੈ ਗਏ ਫੇਰ ਦੱਸ ਮੈਂ ਨਾਲ ਹੀ ਲੈ ਜਾਂਦਾ ਆ ਕੀ ਕਰੂੰਗੀ ਤੂੰ ਡਰ ਗਈ ਨਹੀਂ ਉਦਾਂ ਮਤਲਬ ਕੀ ਕਰੂੰਗੀ ਰੋਉਂਗੀ ਕੀ ਕਰੂੰਗੀ ਦੱਸ ਰੋਉਂਗੀ ਮੈਂ ਕਹਣਾ ਮੈਨੂੰ ਹੁਣੇ ਲਿਆ ਕੇ ਦੋ ਮੈਂ ਲੈ ਕੇ ਗਿਆ ਜਾਂ ਕਹਿਣਾ ਮੈਨੂੰ ਕੀ ਪਤਾ ਕੌਣ ਲੈ ਗਿਆ ਫੇਰ ਮਤਲਬ ਕੇਸ ਨਾ ਕਰੂੰਗੀ ਤੂੰ ਕੀ ਦਿਨ ਲੱਤਾਂ ਵੱਢੂਗੀ ਜਿਹੜਾ ਸਾਡੇ ਘਰੇ ਵੜੂਗਾ ਕਪਤਾਨ ਨੇ ਪਹਿਲਾਂ ਤਾਂ ਛਿੱਲੇ ਹੀ ਦੇਣਾ ਉਹਨੂੰ ਚੰਗੀ ਤਰ੍ਹਾਂ ਹੈ ਹੀ ਨਹੀਂ ਕਪਤਾਨ ਤਾਂ ਉੱਥੇ ਹੈਗਾ ਆ ਇਹ ਜਾਂਦਾ ਨਹੀਂ ਕਿਤੇ ਪਤਾ ਕਿੰਨਾ ਜਦੋਂ ਚੋਰੀ ਹੋ ਗਿਆ ਸਾਰਾ ਕੁਝ ਆਪਣੀ ਦਾ ਡਿਊਟੀ ਦਾ ਬਹੁਤ ਪੱਕਾ ਹੈ ਹਾਂ ਚੱਲ ਦੱਸ ਫਿਰ ਹੈ ਮੰਨ ਲਾ ਮੈਂ ਤੈਨੂੰ ਤੂੰ ਮੈਨੂੰ ਕਹਵੇਂ ਇਦਾਂ ਉਦਾਂ ਫਿਰ ਤੂੰ ਕੇਸ ਕਰਾਉਂਗੀ ਕੇਸ ਕਰਾ ਕੇ ਕੀ ਹੋ ਜਾਣਾ ਫੋਨ ਤਾਂ ਦਿੱਤਾ ਨਹੀਂ ਸਾਡਾ ਕੇਸ ਕਰਾਏ ਤੇ ਨਹੀਂ ਫਿਰ ਤਾਂ ਕੇਸ ਹੋਊਗਾ ਚੋਰੀ ਦਾ ਕੇਸ ਹੋਣਾ ਆ ਉਹ ਤਾਂ ਵੈਸੇ ਹੀ ਆਪਾਂ ਲਿਖ ਕੇ ਆਏ ਸੀ ਵੀ ਗੁੰਮ ਹੋ ਗਿਆ ਰਿਪੋਰਟ ਦਾ ਉਹਦੀ ਸੀ ਫਿਰ ਤਾਂ ਚੋਰੀ ਦਾ ਕੇਸ ਹੋ ਜਾਣਾ ਫਿਰ ਮੈਂ ਕੈਮਰੇ ਵੀ ਲੱਗੇ ਹੋ ਸਾਡੇ ਘਰੇ ਚੋਰੀ ਚੋਰੀ ਵਾਲੇ ਕਿੱਥੇ ਲੱਗੇ ਆ ਪਤਾ ਲੱਗ ਜਾਣਾ ਉਹ ਚ ਕਿੱਥੇ ਕੌਣ ਕਿਹਨੇ ਲਵਾਈ ਦੀ ਲੱਗਾ ਆ ਬਈ ਇਹ ਝੂਠ ਬੋਲਦੀ ਆ ਤਾਂ ਝੂਠ ਬੋਲਦਾ ਤੂੰ ਤੂੰ ਝੂਠ ਬੋਲਦਾ ਆ ਹੁਣ ਤਾਂ ਕਹਿੰਦੀ ਬਈ ਹੁਣ ਤਾਂ ਕਹਿੰਦੀ ਆ ਦੇਖ ਲਓ ਉਹਨੇ ਸਾਰਾ ਕੁਝ ਝੂਠ ਬੋਲਿਆ ਸਾਡੇ ਕੋਈ ਕੈਮਰਾ ਨਹੀਂ ਲੱਗਾ ਸਾਡੇ ਕੋਈ ਕੈਮਰਾ ਨਹੀਂ ਲੱਗਾ ਲੱਗਾ ਇਹ ਪਤਾ ਕਾਹਤੇ ਕਹਿੰਦੀ ਪਈ ਤੁਹਾਨੂੰ ਮੈਂ ਦੱਸਦਾ ਕਿ ਕਹਿੰਦੀ ਹੁਣ ਕੋਈ ਵੀਡੀਓ ਦੇਖਦਾ ਹੋਵੇ ਉਹ ਇਹਨੇ ਚੋਰੀ ਕਰਨ ਆ ਜਾਵੇ ਹੁਣ ਲੱਗੇ ਪੈ ਅੰਦਰ ਕੈਮਰਾ ਲੱਗਾ ਆ ਫਿਰ ਅਗਲੇ ਨੇ ਮੂੰਹ ਤੇ ਰੁਮਾਲ ਨਹੀਂ ਬੰਨ ਕੇ ਆਉਣਾ ਹੁਣ ਤੂੰ ਦੱਸ ਦਿੱਤਾ ਕੈਮਰਾ ਲੱਗਾ ਕੈਮਰਾ ਅਸਲ ਦੂਜੇ ਸਾਇਰਨ ਨਾਲ ਆਇਆ ਸਾਇਰਨ ਨਾਲ ਕਿੰਦਾ ਮਤਲਬ ਦੱਸ ਦਿੰਦਾ ਆ ਉਹ ਵੀ ਕੋਈ ਆਇਆ ਅੱਛਾ ਨਾ ਉਹ ਨਾ ਪਤਾ ਲੱਗ ਜਾਂਦਾ ਬੰਦੇ ਦਾ ਨਾਮ ਕੀ ਸੀਗਾ ਨਾਮ ਨਹੀਂ ਹਾਂ ਉਹ ਪਤਾ ਲੱਗ ਜਾਂਦਾ ਜਦ ਹੀ ਫੋਨ ਤੇ ਇਦਾਂ ਵੀ ਸਾਡੇ ਘਰੇ ਕੋਈ ਓਪਰਾ ਬੰਦਾ ਆਇਆ ਆ ਅੱਛਾ ਹਾਂ ਅੜ ਜਾ ਬੰਨੇ ਮੈਨੂੰ ਨਹੀਂ ਪਤਾ ਤੁਸੀਂ ਦੂਸਰੀ ਗੱਲ ਏਦਾਂ ਦੀ ਕੋਈ ਗੱਲ ਨੀ ਤਾਰਾ ਕੋਈ ਝੂਠ ਬੋਲਿਆ ਨੀ ਸਾਡੇ ਕੋਈ ਕੈਮਰਾ ਨੀ ਲੱਗਾ ਇਹ ਡਰਾਉਂਦੀ ਪਈ ਯਾਰ ਪਲੀਜ਼ ਚੋਰੀ ਨਾ ਕਰਿਓ ਠੀਕ ਆ ਨਹੀਂ ਕਪਤਾਨ ਘੜ ਕਦੇ ਚੱਲਾ ਚੀਜੀ ਆ ਬਈ ਕਪਤਾਨ ਘੜ ਕਦੇ ਚੱਲਾ ਜਿੰਨਾ ਚਿਰ ਕਪਤਾਨ ਹੈਗਾ ਸਾਡੇ ਮਤਲਬ ਕਪਤਾਨ ਬਾਹਰ ਨਹੀਂ ਜਾਂਦਾ ਗੇਟ ਤੋਂ ਗੇਟ ਭਾਵੇਂ ਖੁੱਲ੍ਹਾ ਹੀ ਹੋਵੇ
ਪਰ ਇਦਾਂ ਆ ਜੇ ਕੋਈ ਆ ਜਵੇ ਫਿਰ ਕੀ ਕਰ ਦਿੰਦਾ ਕਹਿੰਦੇ ਕੋਈ ਆ ਜਵੇ ਖਾ ਲੈਂਦਾ ਹੈ ਵੱਡ ਲੈਂਦਾ ਹੈ ਅਜੇ ਇਹ ਵਰਤੋਂ ਕੱਲ ਡਾਕਟਰ ਵੀ ਦੱਸਦਾ ਸੀ ਪੈਂਦਾ ਸੀ ਡਾਕਟਰ ਨੂੰ ਜਨਾ ਇਹ ਪੈਂਦਾ ਯਾਰ ਬਹੁਤ ਜ਼ਹਿਰੀ ਹੋ ਗਿਆ ਆ ਤੇ ਕੱਲ ਕੁੜੀਆਂ ਵੀ ਫੜ ਲੈਣੀਆਂ ਸੀ ਇਹਨੇ ਦੁੱਧ ਲੈਣਾ ਭੱਜ ਗਈਆਂ ਆਪਣੇ ਘਰ ਤੱਕ ਉਹਨਾਂ ਦੇ ਛੱਡ ਕੇ ਆ ਮਗਰੇ ਪੈ ਗਿਆ ਇਹ ਵਿਚਾਰਾ ਅੰਦਰ ਰਹਿ ਕੇ ਗੇਟ ਲੱਗੇ ਰਹੇ ਜਿੱਦਾਂ ਜਿੱਦਾਂ ਕਹਿੰਦੇ ਇਹ ਮਤਲਬ ਇਦਾਂ ਦੀ ਬਰੀਡ ਆ ਕੁਝ ਕਹਿੰਦੀ ਨਹੀਂ ਤਾਂ ਕਹਿੰਦੀ ਨਹੀਂ ਹੈਗੀ ਹਾਂ ਜੇ ਇੱਕ ਵਾਰੀ ਪੈ ਗਿਆ ਨਾ ਮੂੰਹੇ ਤਾਂ ਫਿਰ ਨਹੀਂ ਛੱਡਦਾ ਫਿਰ ਕਹਿੰਦੀ ਆਪਾਂ ਨੂੰ ਫੜ ਲਿਆ ਨੇ ਨਹੀਂ ਇਦਾਂ ਨਹੀਂ ਪੈਂਦਾ ਸੋ ਮਤਲਬ ਇਹ ਸਿਚੁਏਸ਼ਨ ਇਹ ਸੀਗੀ ਪਲੀਜ਼ ਇਦਾਂ ਨਾ ਕਰਿਓ ਯਾਰ ਇਦਾਂ ਨਾ ਕਹਿ ਮੈਨੂੰ ਇਹ ਮੈਨੂੰ ਚੀਜ਼ਾਂ ਬਹੁਤ ਪਿਆਰੀਆਂ ਆ ਦੋਨੇ ਮੈਨੂੰ ਲੈ ਜਾਵੇ ਕੋਈ ਚੱਕ ਕੇ ਫਿਰ ਨਹੀਂ ਤੂੰ ਤਾਂ ਹੈਗਾ ਹੀ ਦੱਸ ਚੀਜ਼ਾਂ ਇਦਾਂ ਹੋਵੇ ਚੱਲ ਰੱਖ ਲਾ ਤੇਰੇ ਮੂਹਰੇ ਇੱਕ ਹੋਰ ਸਿਚੁਏਸ਼ਨ ਮੈਂ ਨਹੀਂ ਸਿਚੁਏਸ਼ਨ ਲੈ ਛੋਟੀ ਜੀ ਛੋਟੀ ਜੀ ਨਹੀਂ 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 ਇੱਕ ਹੀ ਗੱਲ ਕਹਿਣੀ ਬਸ ਇਹਦਾ ਇੱਕ ਆਨਸਰ ਜਵਾਬ ਦੇਣਾ ਤੇ ਮੰਨ ਲੈ ਇੱਕ ਸਾਈਡ ਤੇਰੇ ਲੈਪਟਾਪ ਤੇ ਬੋਲਟ ਇੱਕ ਸਾਈਡ ਮੈਂ ਖੜਾ ਆ ਅਗਲੇ ਦਿਨ ਕੋਈ ਜਮਨ ਨਹੀਂ ਦੇ ਉਹ ਤਾਂ ਆਬਵੀਅਸ ਆ ਪਾਪਾ ਨੇ ਤੈਨੂੰ ਪਤਾ ਨਹੀਂ ਹੈਗਾ ਫਿਰ ਯਾਰ ਤੇਰੇ ਬੋਲਟ ਫਿਰ ਤੇਰਾ ਬੋਲਟ ਤੇ ਲੈਪਟਾਪ ਜਾਂਦਾ ਲੱਗਾ ਜਾਵੇ ਬਸ ਲੈ ਜਿਓ ਚੱਕ ਕੇ ਲੈ ਜਿਓ ਕਹਿੰਦੀ ਲੈ ਜਿਓ ਲੈ ਜਿਓ ਉਹ ਫੇ ਚੀਜ਼ਾਂ ਥੋੜਾ ਹੁੰਦੀਆਂ ਚੀਜ਼ਾਂ ਤੋਂ ਬਣ ਜਾਂਦੀਆਂ ਹੋਰ ਓ ਬਣ ਜਾਂਦੀਆਂ ਨਵਾਂ ਲੈ ਦੂੰਗਾ ਮੈਨੂੰ ਫਿਰ ਲੈਪਟਾਪ ਬੋਲਟ ਮੈਂ ਤਾਂ ਲੈਪਟਾਪ ਲੈ ਦੂੰ ਬੋਲਟ ਲੈ ਦੀ ਫਿਰ ਦੁਬਾਰਾ ਬਾਕੀ ਮੈਨੂੰ ਬਹੁਤ ਸੋਹਣਾ ਲੱਗਾ ਗਿਫਟ ਇੱਕ ਵਾਰੀ ਫਿਰ ਕਹਿ ਦਿੰਦਾ ਬੋਲਟ ਦਾ ਕਿਉਂਕਿ ਮੈਨੂੰ ਚਾਹੀਦਾ ਸੀਗਾ ਯਾਰ ਸੱਚੀ ਕਹਿੰਦਾ ਹਾਂ ਤੇ ਹੁਣ ਮੈਨੂੰ ਗੱਡੀ ਫੋਰਚੂਨਰ ਚਾਹੀਦੀ ਹੈ ਮੈਂ ਉਹ ਵੀ ਲੈ ਦੇ ਬਸ ਇੰਨੀ ਰੇਂਜ ਸੀਗੀ ਇੰਨੀ ਰੇਂਜ ਰੋਵਰ ਲੈ ਦੇਣੀ ਰੇਂਜ ਰੋਵਰ ਲੈ ਦੋ ਮੈਨੂੰ ਉਹ ਵੀ ਪਸੰਦ ਆ ਚਲੋ ਫਿਰ ਠੀਕ ਹੈ ਮਿਲਦੇ ਹਾਂ ਮੜੇ ਰੋਕ ਕੇ ਹਾਂਜੀ ਹਾਂਜੀ ਤੇ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਥੱਲੇ ਹੋ ਜਾ ਕੰਚ ਕਿਆ ਮੇਰੇ ਹਾਂਜੀ ਤੇ ਇਹ ਸੀਗਾ ਸਾਡਾ ਅੱਜ ਦਾ ਬਲੌਗ ਕਿਹਾ ਤੂੰ ਲੰਬੀ ਹੋ ਜਾ ਥੋੜ੍ਹੀ ਜਿਹੀ ਕਹਿੰਦੇ ਕੌਂਪਲਨ ਕੁੰਪਲਨ ਪੀ ਕੇ ਅਤੇ ਕੱਲ੍ਹ ਨੂੰ ਤੁਹਾਨੂੰ ਮਿਲਦੇ ਹਾਂ ਇੱਕ ਵਧੀਆ ਬਲੌਗ 'ਚ ਅੱਜ ਦਾ ਯਾਰ ਬਿਲਕੁਲ ਵੀ ਨਹੀਂ ਕਿਉਂਕਿ ਅੱਜ ਅਸੀਂ ਫੇਰ ਨਹੀਂ ਬਲੌਗ ਪਾਉਣਾ ਸੀਗਾ ਕਿਰਨ ਕਹਿੰਦੀ ਸੀਗੀ ਕੈਮਰਾ ਫੇਸ ਨਹੀਂ ਕੀਤਾ ਸੀਗਾ ਤੇ ਅੱਜ ਥੋੜਾ ਜਿਹਾ ਡਾਊਨ ਚੱਲਦੇ ਸੀਗੇ ਤਾਂ ਕਰਕੇ ਸੋ ਤੇ ਕੋਈ ਨਹੀਂ ਤੁਸੀਂ ਦੱਸਿਓ ਫੇਰ ਵੀ ਕਿਦਾਂ ਦਾ ਬਲੌਗ ਬਣਿਆ ਠੀਕ ਆ ਤੇ ਬਾਕੀ ਯਾਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਮੈਨੂੰ ਹਨਾ ਤੁਸੀਂ ਦੱਸਿਓ ਕਮੈਂਟ ਕਰਕੇ ਮੈਂ ਕਿਰਨ ਨੂੰ ਕੀ ਗਿਫਟ ਕਰਾਂ ਮਤਲਬ ਮੇਰੇ ਕੋਲ ਜਦੋਂ ਜ਼ਿਆਦਾ ਆਈਡੀਆ ਹੋਵੇ ਫਿਰ ਮੈਂ ਆਪ ਹਾਂਜੀ ਵਧੀਆ ਵਧੀਆ ਗਿਫਟ ਦੱਸਿਓ ਠੀਕ ਆ ਜੀ ਫਿਰ ਮੈਂ ਉਹਦੇ ਵਿੱਚ ਉਹ ਐਸਟੀਮੇਟ ਲਾ ਲੂੰਗਾ ਵੀ ਹਾਂ ਮੈਨੂੰ ਕਿੱਦਾਂ ਦਾ ਗਿਫਟ ਚਾਹੀਦਾ ਚਲੋ ਫਿਰ ਠੀਕ ਆ ਜੀ ਮਿਲਦੇ ਹਾਂ ਕੱਲ ਦੇ ਵਲੌਗ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਕੱਲ ਨੂੰ ਮਿਲਦੇ ਹਾਂ ਇੱਕ ਵਧੀਆ ਵਲੌਗ ਦੇ ਵਿੱਚ ਬਾਏ ਬਾਏ